ਵਾਲਿਆ ਦਾ ਛੇਪੁੱਟਾ ਚਿੱਤਾ ਕੈਥਲ ਗਾਮ ਬਾਈ ਰੋਇੜਾ ਰੋਇੜਾ ਚਲੋ ਬਾਈ ਕੀ ਸਾਰੇ ਐਕਸਪੀਰੀਅੰਸ ਆਪਣਾ ਇੱਕ ਨੰਬਰ ਦਾ ਮਾ ਸਾਦਾ ਮਾਮਲਾ ਫਿੱਟ ਹੈ ਕੈਬ ਜੈਂਟਰੀ ਕਰੀ ਦੀ ਐਂਟਰੀ ਤੋਂ 10:30 ਵਜੇ ਕਿਨ ਕਰੀ ਜੀ ਬਾਈ ਅੱਛਾ 1 ਵਜ ਗਿਆ 2.5 ਘੰਟੇ ਲੱਗ ਗਏ ਤਨੇ ਅਬਸੈਂਟ ਵਾਲਾ ਕਿ ਮੈਂ ਬੇਰਾ ਲੱਗ ਗਿਆ ਅਬਸੈਂਟ ਵਾਲੇ ਦੇ ਅੱਗੇ ਕੋਈ ਦਿੱਕਤ ਕੋ ਨਹੀਂ ਅੱਛਾ ਅਬਸੈਂਟ ਵਾਲੇ ਯਾਰ ਕਲੇ ਕਰ ਰੇ ਕੰਨ ਨਾਮ ਕਦੀ ਖੁੜਕਾ ਬਿਠਾ ਦਿਆ ਉਹਨੇ ਕਸੂਤੇ ਵਾਲਾ ਨਾ 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 ਅੱਗੇ ਦੇਵਾਂਗੇ ਕਹਿ ਵੀ ਰਹੇ ਦੇ ਬਾਕੀ ਅੱਛਾ ਅਬਸੈਂਟ ਵਾਲਾ ਮਾਮਲਾ ਬਣ ਸਕਾ ਹੈ ਕੋਈ ਦਿੱਕਤ ਕੋ ਨਹੀਂ ਅੱਛਾ ਉਹ ਨਾਲ ਇਹ ਵੀ ਕਹਾਂ ਬਾਅਦ ਮੈਂ ਆਇਦਾ ਕੋਈ ਚੱਕਰ ਕੋ ਨਹੀਂ ਹੈ ਆ ਜਾਾਂਗੇ ਨਾ ਬਾਅਦ ਮੈਂ ਅਬਸੈਂਟ ਵਾਲੇ ਆਏ ਸਵੇਰ ਨੂੰ 8 ਵਜੇ ਵਾਲੇ ਉਨਕੀ ਵੀ ਐਂਟੀ ਵੀ ਲੈਣ ਲੱਗ ਰਹੇ ਹਨ ਨਾ ਉਹ ਲੇਟ ਵਾਲਾ ਦਾ ਮਾਮਲਾ ਹੈ ਜੋ ਯਾਰ ਕਈ ਇਸੇ ਬਾਲਕ ਮਿਲਣਾ ਕਮੈਂਟ ਕਰ ਰਹੇ ਹਨ ਕਿ ਬਾਈ ਮਾਰਾ ਉਸਕਾ ਪੇਪਰ ਹਮਾਰਾ ਨੂੰ ਜ਼ਰੂਰ ਹੋਗਾ ਬਾਈ ਕਹਿ ਦਰੋ ਇਹਦੇ ਬਾਕੀ ਮਨ ਨੇ ਵੀ ਕਰੀ ਥੀ ਯਾਰ ਬਾਤ ਕਹਿੰਦਾ ਹੈ ਬਾਲਕ ਖਾਸੇ ਦਿਨ ਛਣੇ ਹੋਏ 28 ਤਾਰੀਖ ਕਾ ਮੇਰਾ ਫਿਜ਼ੀਕਲ ਆਖਰੀ ਮੈਂ 5:30 ਦੇ ਦੰਦੋਂ ਮਿਲੇ ਸਾ ਮੈਨੇ ਫੋਟੇ ਅੱਛਾ ਫੋਟੋ ਤਰਾ ਦੇਖ ਭਾਈ ਨੇ ਤੇਰਾ ਗਿੱਲਾ ਅੱਛਾ ਅੱਛਾ ਅੱਜ ਵੀਡੀਓ ਮੈਂ ਅੰਦਰ ਤੋਂ ਬਾਹਰ ਫੋਨ ਮਿਲਵਾਉਂਦਾ ਅੱਛਾ ਅੱਛਾ ਮੇਰਾ ਫੋਨ ਲਿਆ ਅੰਦਰ ਨਹੀਂ ਹੌਸਟੇ ਅੱਛਾ ਅੱਛਾ ਆ ਤੇ ਜਾਣ ਗਿਆ ਇਹ ਵੀ ਯਾਦ ਆ ਗਈ ਥਾਰਾ ਲਾਸਟ ਟਾਈਮ ਹੋਇਆ ਤਾਂ ਹਾਂ ਠੀਕ ਠੀਕ ਹਾਂ ਹਾਂ ਚਲੋ ਨਹੀਂ ਮੜੀ ਜਮਾ ਕੋਰਟ ਕੇਸ ਵਾਲੇ ਦੇਖੋ ਵੀ ਕੀ ਰਾਏ ਕੇ ਨਹੀਂ ਅੱਛਾ ਕੋਰਟ ਕੇਸ ਵਾਲਾ ਸਿਸਟਮ ਹੈ ਫਿਰ ਆੜ ਕੀ ਸਾਰੇ ਐਕਸਪੀਰੀਅੰਸ ਆਪਣਾ ਬੀਤਰ ਦਾ ਕੋਈ ਦਿੱਕਤ ਹੋਣੀ ਨਹੀਂ ਸਹੀ ਆਈ ਟੈਸਟ ਕਿਉਂ ਕਰਾ ਹਾਈਟ ਤੋਂ ਤੇਰੀ ਯਾਰ 181 ਨਾ ਨਾ ਇਹ ਤਾਂ ਮੈਂ ਨੂੰ ਜਿਤਨੀ ਕਰਾ ਹੈ ਉਤਨੀ ਹੈ ਆੜ ਹੈ ਬਾਈ ਮਾਫੀ ਕੋਣੀ ਆ ਉਤਨੀ ਮੀਪਾ ਬਾਕੀ ਟੈਸਟ ਮੈਂ ਦੇ ਸੂਟ ਹਾਈਟ ਮਗਰ ਉਹ ਦੇ ਵੀ ਸਕੇ ਨਹੀਂ ਵੀ ਆਧੀ ਪ੍ਰਤੀ ਸੈਂਟੀਮੀਟਰ ਦੇ ਹੋਏ ਹੈ ਅੱਛਾ ਅੱਛਾ ਪਰ ਜਿਤਨੀ ਕਰਾ ਨਾ ਪਉਤਨੀ ਆੜੇ ਹੈ ਨਾ ਹਾਂ ਉਤਨੀ ਦੇ ਹੈ ਚਲੋ ਬਹੁਤ ਬੜੀਆ ਬਾਈ ਹੈ ਰੋਇਡਾ ਹਾਂ ਰੋਇਲ ਸਿਟੀ ਰੇਡਾ ਚਲੋ ਬਹੁਤ ਬੜੀਆ ਰਾਮ ਰਾਮ ਬਾਈ ਠੀਕ ਹੈ ਭਾਈ ਸਾਰੇ ਭਾਈਆਂ ਨਾਮ ਨਾਮ ਭਾਈ ਸਾਹਿਬ ਰਾਮ ਰਾਮ ਕੌਣ ਸਾ ਗਾਮ ਹੈ ਭਾਈ ਆਪਣਾ ਆਪਣਾ ਗਾਮ ਬੜੋਦੀ ਹੈ ਭਾਈ ਬੜੋਦੀ ਉਹ ਜੋ ਹਾਂ ਬੜੋਦਾ ਬੜੋਦੀ ਆ ਦੇਖ ਰੱਖਿਆ ਅੱਜ ਕੱਲ ਟ੍ਰੈਂਡ ਮੇਰਾ ਹੈ ਬੜੋਦੀ ਵਾਲੇ ਕੀ ਸਾਰੇ ਆਪਕਾ ਐਕਸਪੀਰੀਅੰਸ ਐਕਸਰਵਿਸ ਮੈਨ ਹੋਣਾ ਹੈ ਐਕਸਰਵਿਸ ਮੈਨ ਹਾਂ ਭਾਈ ਚਲੋ ਕੀ ਸਾਰੇ ਐਕਸਪੀਰੀਅੰਸ ਭਾਈ ਸਾਹਿਬ ਬਹੁਤ ਅੱਛਾ ਰਿਹਾ ਭਾਈ ਠੀਕ ਹੈ ਸਾਰਾ ਸਿਸਟਮ ਅੱਛਾ ਹੈ ਅੱਛਾ ਨਹੀਂ ਸਭ ਕੁਝ ਤਰੀਕਾ ਤਾਂ ਬਣਾ ਰੱਖਿਆ ਹੈ ਅੱਛਾ ਮੈਨੇਜਮੈਂਟ ਬੜੀਆ ਹੈ ਮੈਨੇਜਮੈਂਟ ਵੀ ਠੀਕ ਹੈ ਥੋੜਾ ਸਾ ਬਰਸਾਤ ਦੇ ਕਾਰਨ ਪ੍ਰੋਬਲਮ ਆਈ ਹੈ ਆ ਜਾ ਰਿਹਾ ਹੈ ਆ ਉਹ ਤਾਂ ਨੈਚੁਰਲ ਹੈ ਜੀ ਉਸ ਮੈਂ ਕੀ ਕਰ ਸਕਾ ਕੋਈ ਕਿਸੇ ਕੋਈ ਪ੍ਰੋਬਲਮ ਨਹੀਂ ਹੈ ਅੱਛਾ ਥਾ ਅਰੇਂਜਮੈਂਟ ਸਭ ਅੱਛਾ ਥਾ ਬਹੁਤ ਬੜਿਆ ਭਾਈ ਡਾਕੂਮੈਂਟੇਸ਼ਨ ਵੀ ਠੀਕ ਥਾ ਸਭ ਤਰੀਕਾ ਤੋਂ ਹੋ ਰਿਹਾ ਹੈ ਪਰ ਮੇਰੀ ਤਰਫ ਤੋਂ ਬਹੁਤ ਅੱਛਾ ਹੈ ਭਾਈ ਹਾਂ ਸਾ ਆਪਾਂ ਨੂੰ ਕਹਿਣਾ ਬੜੀਆ ਸਾਰਾ ਕੰਮ ਕਈ ਬਾਲਕ ਨੂੰ ਗਾਈਟ ਵੈਸੇ ਨਾ ਪਰੇ ਟੈਸਟ ਇਸੇ ਕੁਝ ਨਹੀਂ ਆ ਹਾਈਟ ਵਗੈਰਾ ਠੀਕ ਤਰੀਕੇ ਤੋਂ ਨਾਪੀ ਜਾ ਰਹੀ ਹੈ ਔਰ ਚੈਸਟ ਵਗੈਰਾ ਵੀ ਠੀਕ ਲਈ ਜਾ ਰਹੀ ਹੈ ਅੱਛਾ ਉਹ ਤੋਂ ਨਾ ਦੇ ਉਸਕੋ ਉੱਪਰ ਹੈ ਕਿਸੇ ਤੇ ਥੋੜਾ ਸਾ ਗਿਆਨ ਕਮ ਹੈ ਨਾ ਨਹੀਂ ਪਾ ਰਿਹਾ ਜਿਸ ਦੀ ਗਿਆਨ ਹੈ ਉਹ ਬਹੁਤ ਅੱਛਾ ਕਰ ਰਿਹਾ ਹੈ ਹਾਂ ਇਸੇ ਕੋਈ ਬਾਤ ਨਹੀਂ ਬਹੁਤ ਅੱਛਾ ਲੱਗਾ ਸਿਰਫ ਬਰਸਾਤ ਦੇ ਕਾਰਨ ਥੋੜਾ ਪਾਣੀ ਦੀ ਪ੍ਰੋਬਲਮ ਆ ਰਹੀ ਬੈਠਣਾ ਨਹੀਂ ਸੀ ਉਹ ਪਰੇਸ਼ਾਨੀ ਸੀ ਗਵਰਨਮੈਂਟ ਦੀ ਥੋੜਾ ਅਗਰ ਠੀਕ ਠਾਕ ਬੈਠਣ ਦਾ ਵੀ ਪ੍ਰਬੰਧ ਕਰੀ ਜਾਓ ਨਹੀਂ ਥੋੜਾ ਸਾ ਜੈਸੇ ਮੌਸਮ ਖਰਾਬ ਹੋ ਗਿਆ अगर कुछ और ऐसा पोलोथिन वगैरह लगा दे तो बैठने में आसानी होगी अच्छा अच्छा थोड़ा इसी थी भी जो भी आगे उसकी बैठने में आसानी होगी नीचे से पानी निकल गया इसलिए थोड़ी सी परेशानी आएगी बाकी बहुत अच्छा प्रबंध था ऐसी कोई बात नहीं है जितना मतलब टेस्ट घर पे हाइट है उतनी ना पड़े हैं हाँ देखो हम तो एक्स मैन है हाइट जितनी है वो तो यार सबके सामने है जो नीचे खड़ा और जितना है ऊपर है वो सम सेम सबका सम है किसी के साथ कोई वो नहीं है अच्छी हाइट है अच्छे तरीके से नापी जा रही है सारा प्रबंध बढ़िया भी तरह जो वो है स्टाफ है वो भी बहुत अच्छा मैनेज कर हाँ कोऑपरेटिव है सब बता रहे हैं हिम्मत दे रहे हैं कि भाई और फुलाओ हाँ हाँ कि और करो मौके भी दे रहे हैं बार बार सबके लिए मेरा एक पॉइंट है कि जो भी आपके पास डॉक्यूमेंट है उसकी एक एक कॉपी लेके आओ ताकि आपको आने के बाद यहाँ परेशानी नहीं हो कोई भी जो आपका डॉक्यूमेंट है उसकी आप एक एक कॉपी साथ में लेके आओ एक एक कॉपी एक कॉपी सेट मतलब ठीक है जो भी डॉक्यूमेंट अपलोड करे उनकी एक एक फोटो कॉपी ले आओगे जो भी आपने डॉक्यूमेंट अपलोड किया है उसका एक एक कॉपी एक सेट आप बढ़ा के लेके आओ यहाँ आने के बाद आपको परेशानी नहीं होगी हाँ हाँ टाइम भी कम लगेगा टाइम कम लगेगा और आने आगे वाले को भी परेशानी नहीं आएगी ठीक है बाकी सबके लिए बेस्ट ऑफ लक चलो बहुत बढ़िया भाई साहब कोशिश करने से ही जीत होती है हिम्मत बढ़ती भाई साहब बड़ोदी वाले ने हिम्मत बढ़ती है हरियाणा में बड़ोदी के हमारे गाँव के बच्चे बहुत मेहनत कर रहे हैं अच्छा बड़ोदी का खूब है हर साल एक एक दो दो बच्चा हमेशा सिलेक्ट होता है ठीक है अपने गांव में तो बेस्ट ऑफ लक होगा बड़ोदी वाले जवानों के लिए बेस्ट ऑफ लक और जो भाई सचिन तक बात करें सारे आगे बढ़ो कोई यूपी बिहार कितने का हो रहे हैं वो बहुत अच्छा आगे जाओ हमारे गांव के दो बच्चे इतनी कमांडो में सिलेक्ट हुए अच्छा दो बड़ोदी में तो दो या काम चल रहा है काम चल रहा है और दो दो बच्चे आए साल उंदे रहे हमारे गांव अच्छा 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 पुट्टा गांव है कदी कर रहे हैं बालक बहुत मेहनत कर रहे हैं भाई चलो बहुत बढ़िया जी जींद में बड़ोदी है यो जींद में बड़ोदी चलो राम राम भाई साहब एक नंबर की जानकारी दे दी आपने राम राम भाई बहुत अच्छी बात चलो बहुत बढ़िया जी गुड लक सबके लिए यो रहे साढ़े छह पटका बहुत बढ़िया मुजफ्फरनगर वेस्टर्न यूपी खूंखार जोन है खूंखार जोन है भाई थारा है कैसा रहा भाई अंदर का एक्सपीरियंस भाई अंदर का एक्सपीरियंस बहुत बढ़िया रहा पोटा अच्छा बढ़िया कोऑपरेट कर रहे थे मतलब कि कोई दिक्कत नहीं और आराम से सब कुछ हो रहा था और मतलब ऐसी कोई बात नहीं है घबराने वाली कोई बात नहीं है सब मतलब बढ़िया कर रहे थे सब बढ़िया मामला था बहुत अच्छा था एक नंबर था बिल्कुल आई टेस्ट जैसा है उसका आई टेस्ट बिल्कुल नॉर्मल तीन तीन बार चेक कर रहे थे जगह इसकी कम उतर रही है 2 सेंटीमीटर तीन तीन बार चेक कर रहे थे चार चार बार चेक मतलब कर रहे थे 1-2 सेंटीमीटर जी के कम कोई चक्कर नहीं बिल्कुल 168 भी उतर रही थी बिल्कुल 168.0 भी उतर रही थी लेकिन उसके बाद भी बच्चों को मतलब क्वालिफाई कर रहे थे कोई नॉट क्वालिफाई जो बहुत कम थी जिसकी
उसकी उधर भी थी अदरवाइज सेंटीमीटर बना रहने देते ये थोड़े। हाँ हाँ बिल्कुल बिल्कुल। चलो भाई बहुत बढ़िया, वेस्टर्न यूपी मुजफ्फरनगर एशिया का सबसे बढ़िया गुड़ खा के चल रहे हैं, गुड़ खा के गुड़ मंडी मुजफ्फरनगर। राम राम भाई। ओके भाई।